ਦੁਨੀਆ ਦੀਆਂ ਸਭ ਤੋਂ ਔਖੀਆਂ ਅਤੇ ਉੱਚੀਆਂ ਪਰਬਤ ਦੀ ਚੋਟੀਆਂ 'ਚ ਸ਼ੁਮਾਰ ਮਾਊਂਟ ਐਵਰੈਸਟ ਫਤਿਹ ਕਰ ਗੁਰਿੰਦਰ ਰੌਕੀ ਸਿੰਘ ਵਾਪਸ ਅਮਰੀਕਾ ਰਵਾਨਾ ਹੋ ਚੁੱਕੇ ਹਨ ਪਰ 21 ਮਈ ਨੂੰ ਪੂਰੇ ਕੀਤੇ ਆਪਣੇ ਇਸ ਹੈਰਤ ਅੰਗੇਜ਼ ਕਾਰਨਾਮੇ ਨਾਲ ਉਹ ਪਹਿਲੇ ਭਾਰਤੀ ਮੂਲ ਦੇ ਅਮਰੀਕੀ ਸਿੱਖ ਬਣ ਗਏ ਹਨ ਜੋ ਮਾਊਂਟ ਐਵਰੈਸਟ 'ਤੇ ਚੜ੍ਹੇ ਮਾਊਂਟ ਐਵਰੈਸਟ ਹੀ ਨਹੀਂ ਡੈਲਵੇਅਰ ਦੇ ਗੁਰਿੰਦਰ ਰੌਕੀ 50 ਵੱਖ ਵੱਖ ਦੇਸ਼ਾਂ ਵਿੱਚ 50 ਮੈਰਾਥਨ ਵੀ ਜਿੱਤ ਚੁੱਕੇ ਹਨ ਪਰ ਉਹਨਾਂ ਦਾ ਕਹਿਣਾ ਹੈ ਕਿ ਮਾਊਂਟ ਐਵਰੈਸਟ 'ਤੇ ਚੜ੍ਹਨਾ ਉਹਨਾਂ ਦਾ ਇੱਕ ਸੁਪਨਾ ਸੀ ਅਤੇ ਇਸ ਨੂੰ ਪੂਰਾ ਕਰਨ ਲਈ ਬਾਕਾਇਦਾ ਉਹਨਾਂ ਨੇ ਪਲੈਨ ਕੀਤੀ ਅਤੇ 3 ਸਾਲ ਦੀ ਮਿਹਨਤ ਰੰਗ ਲਿਆਈ ਅਤੇ ਅੱਜ ਇਸ ਚੋਟੀ ਨੂੰ ਫਤਿਹ ਕਰ ਖਿਤਾਬ ਵੀ ਉਹਨਾਂ ਦੇ ਨਾਮ ਨਾਲ ਜੁੜ ਚੁੱਕਾ ਹੈ ਰੌਕੀ ਸਿੰਘ ਮੁਤਾਬਕ ਉਹ ਸਾਲ ਵਿੱਚ 2 ਵਾਰ ਇਸ ਸਿਲਸਿਲੇ ਵਿੱਚ ਨੇਪਾਲ ਆਉਂਦੇ ਸਨ ਅਤੇ ਆਪਣੇ 6 ਹਫ਼ਤਿਆਂ ਦੀ ਠਾਹਰ ਦੌਰਾਨ ਉਹ ਉੱਤੇ ਹੋਰ ਪਹਾੜੀ ਚੋਟੀਆਂ ਉੱਪਰ ਚੜ੍ਹਨ ਦੀ ਪ੍ਰੈਕਟਿਸ ਕਰਦੇ ਸਨ ਅਤੇ ਵਾਤਾਵਰਣ ਮੁਤਾਬਕ ਆਪਣੇ ਆਪ ਨੂੰ ਢਾਲਦੇ ਸਨ ਪਰ ਹੁਣ ਜਦੋਂ ਮਾਊਂਟ ਐਵਰੈਸਟ ਸਮਿਟ ਉਹ ਮੁਕੰਮਲ ਕਰ ਚੁੱਕੇ ਹਨ ਤਾਂ ਇਹ ਇੱਕ ਬੜੀ ਤਸੱਲੀ ਵਾਲਾ ਅਨੁਭਵ ਹੈ 19,000 ਫੁੱਟ ਦੀ ਚੜ੍ਹਾਈ ਤੇ ਚੜ੍ਹਨਾ ਆਸਾਨ ਨਹੀਂ ਸੀ ਪਰ ਰੌਕੀ ਸਿੰਘ ਦਾ ਕਹਿਣਾ ਹੈ ਕਿ ਆਪਣੇ ਆਪ ਨਾਲ ਵਾਅਦਾ ਕੀਤਾ ਸੀ ਜੋ ਮੈਂ ਪੂਰਾ ਕਰ ਦਿਖਾਇਆ ਹੁਣ ਪਰਿਵਾਰ ਨਾਲ ਕੀਤੇ ਵਾਅਦੇ ਪੂਰੇ ਕਰਾਂਗੇ ਰੌਕੀ ਸਿੰਘ ਮੁਤਾਬਕ ਉਹ ਨਾ ਭੁੱਲਣ ਵਾਲਾ ਅਨੁਭਵ ਸੀ ਸਭ ਤੋਂ ਵੱਧ ਉਚਾਈ ਤੇ ਅਸੀਂ ਕਰੀਬ 30 ਮਿੰਟ ਬਿਤਾਏ ਫੋਟੋਆਂ ਲਈਆਂ ਦੇਖੀਆਂ ਪਰ ਮਨ 'ਚ ਕਿਤੇ ਨਾ ਕਿਤੇ ਫਿਕਰ ਵੀ ਸੀ ਕਿਉਂਕਿ ਇਸ ਵਾਰ ਇਹ ਸਮਿਟ ਜਾਨਲੇਵਾ ਸਾਬਿਤ ਹੋ ਰਿਹਾ ਸੀ ਇਸ ਸਾਲ 11 ਐਵਰੈਸਟ ਯਾਤਰੀ ਮੌਤ ਦੇ ਮੂੰਹ ਚਲੇ ਗਏ ਸਨ ਜਿਨ੍ਹਾਂ 'ਚੋਂ 2 ਅਮਰੀਕੀ ਵੀ ਸਨ ਬਹੁਤੇ ਲੋਕ ਓਵਰ ਕਰਾਊਡਿੰਗ ਨੂੰ ਇਸ ਦੀ ਵਜ੍ਹਾ ਮੰਨ ਰਹੇ ਨੇ ਨੇਪਾਲ ਸਰਕਾਰ ਨੇ ਇਸ ਵਾਰ 381 ਪਰਮਿਟ ਜਾਰੀ ਕੀਤੇ ਹਨ ਜੋ ਇੱਕ ਰਿਕਾਰਡ ਹੈ ਇਸ ਵਾਰ ਮੌਸਮ ਸਾਫ਼ ਹੈ ਸੋ ਐਵਰੈਸਟ ਚੜ੍ਹਨ ਵਾਲਿਆਂ ਦੀ ਗਿਣਤੀ ਵੱਧ ਹੈ ਉਹਨਾਂ ਦੀ ਪਤਨੀ ਮਨਜੀਤ ਕੌਰ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਖ਼ਬਰਾਂ ਆ ਰਹੀਆਂ ਸਨ ਤਾਂ ਪਰਿਵਾਰ ਦੀ ਫਿਕਰ ਵੱਧ ਰਹੀ ਸੀ ਪਰ ਉਹ ਵਾਪਸ ਪਰਤ ਆਏ ਨੇ ਤਾਂ ਸਭ ਠੀਕ ਹੈ ਉਹ ਦੂਜੇ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਅਤੇ ਪਹਿਲੇ ਅਮਰੀਕੀ ਸਿੱਖ ਬਣ ਗਏ ਹਨ ਜਿਨ੍ਹਾਂ ਨੇ ਐਵਰੈਸਟ ਫਤਿਹ ਕੀਤੀ ਹੋਵੇ ਰੌਕੀ ਸਿੰਘ ਮੁਤਾਬਕ ਕੈਂਪ 4 ਤੱਕ ਦਾ ਸਫ਼ਰ ਬੇਹੱਦ ਕਠਿਨ ਸੀ ਤੇਜ਼ ਹਵਾ ਬਰਫ਼ ਤੇ ਤੰਗ ਦਾ ਰਹਾ ਸਫ਼ਰ ਨੂੰ ਮੁਸ਼ਕਿਲ ਬਣਾ ਰਹੇ ਸਨ ਉਹਨਾਂ ਨੇ ਉੱਥੇ ਡੈੱਡ ਬੋਡੀਜ਼ ਪਈਆਂ ਵੇਖੀਆਂ ਇਹ ਬਹੁਤ ਚੁਣੌਤੀਪੂਰਨ ਸੀ ਫਿਲਹਾਲ ਉਹ ਆਪਣੇ ਪਰਿਵਾਰ 'ਚ ਪਹੁੰਚ ਚੁੱਕੇ ਹਨ ਅਤੇ ਰਿਕੂਡ ਹਾਈਵੇ ਤੇ ਆਪਣੇ ਗੈਸ ਸਟੇਸ਼ਨ ਦਫ਼ਤਰ 'ਚ ਮੁੜ ਬਿਜ਼ੀ ਹੋ ਗਏ ਨੇ ਉਹਨਾਂ ਦੀਆਂ ਕੁਝ ਉਂਗਲਾਂ ਤੇ ਮਾਮੂਲੀ ਸੱਟ ਹੈ ਪਰ ਉਹ ਹੋਰਾਂ ਨੂੰ ਇਸ ਲਈ ਉਤਸ਼ਾਹਿਤ ਕਰ ਰਹੇ ਹਨ ਕਿ ਮਾਊਂਟ ਐਵਰੈਸਟ ਦਾ ਸਫ਼ਰ ਚੁਣੌਤੀਪੂਰਨ ਤਾਂ ਹੈ ਪਰ ਮਜ਼ੇਦਾਰ ਹੈ ਤਾਂ ਗਲੋਬ ਐਡਵਾਈਸ ਓਵਰਸੀਜ਼ ਐਜੂਕੇਸ਼ਨ ਅਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਹੈ ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਅਤੇ ਸਕਾਲਰਸ਼ਿਪਸ ਵਿੱਚ ਹੈਲਪ ਕਰਨੇ ਹਾਂ ਅਸੀਂ ਬੱਚਿਆਂ ਨੂੰ ਅਪ ਟੂ 50 ਲੱਖ ਤੱਕ ਸਕਾਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ ਅਸੀਂ ਬੱਚਿਆਂ ਦੇ ਵੀਜ਼ਾ LORs SOP 'ਚ ਹੈਲਪ ਕਰਨੇ ਹਾਂ ਅਤੇ ਪੋਸਟ ਲੈਂਡਿੰਗ ਸਰਵਿਸਿਜ਼ ਵਿੱਚ ਏਅਰਪੋਰਟ ਪਿਕਅਪ ਤੇ ਉਹਨਾਂ ਦੀ ਟੈਂਪਰੇਰੀ ਅਕੋਮੋਡੇਸ਼ਨ ਦਾ ਇੰਤਜ਼ਾਮ ਵੀ ਕਰਨੇ ਹਾਂ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ